ਸਾਡਾ ਇੱਥੇ ਇੱਕੋ ਘਰ ਹੀ ਸੀ ਮਨਿਆਲਿਆ ਨਹੀਂ ਮਨਿਆਲਿਆ ਚੋਂ ਅਸੀਂ ਤਾਰ ਆਇਆ ਤਾਂ 7-8 ਘਰ ਆਏ ਸਨ ਫਿਰ ਉਹ ਜਿਉਂ ਜਿਉਂ ਅਲਾਟਮੈਂਟ ਹੁੰਦੀ ਗਈ ਉਹ ਚਲੇ ਗਏ ਜਿੱਥੇ ਉਹ ਕੋਚ ਮਿਲਿਆ ਸੈਨਪੁਰ ਦੇ ਨਾਲ ਹੀ ਦੇ ਪਿੰਡ ਭਲਾਈਪੁਰ ਆ ਉੱਥੇ ਅਲਾਟਮੈਂਟ ਹੋਈ ਸਾਡੇ ਤਾਏ ਨੂੰ ਵੀ ਅਲਾਟਮੈਂਟ ਉੱਥੇ ਹੋਈ ਹਾਂਜੀ ਜਿਹੜਾ ਬਾਪ ਸਾਡੇ ਦਾ ਭਰਾ ਸੀ ਭੂਆ ਦਾ ਪੁੱਤ ਉਹਨੂੰ ਵੀ ਅਲਾਟਮੈਂਟ ਹੋਈ ਸਾਨੂੰ ਤਾਂ ਹੋਣੀ ਨਹੀਂ ਸੀ ਅਸੀਂ ਤਾਂ ਜੱਦੀ ਛੀਨਿਆਂ ਦੇ ਵਾਰਸ ਸਾਂ ਸਾਡੀ ਤਾਂ ਉਹ ਪੈਲੀ ਸੀ ਨਾ ਜਿਹੜੀ 2-4 ਕਮਾਓ ਨੇ ਤਾਏ ਬਾਪੂ ਨੇ ਇਹਦੇ ਨਾਲ ਰਹਿਣ ਕੀਤੀ ਸੀ ਉਹ ਤਾਏ ਨੇ ਥੋੜ੍ਹੇ ਬਹੁਤੇ ਪੈਸੇ ਕੋਈ ਕੱਟ ਲੱਗੇ ਕੋਈ ਦੇ ਦਿੱਤੇ ਥੋੜ੍ਹੇ ਬਹੁਤੇ ਆਉਂਦਾ ਲੈ ਲੈ ਲਾ ਵੀ ਤੂੰ ਤਾਂ ਫਿਰ ਵੀ ਤੈਨੂੰ ਚਲੋ ਬਾਪ ਸਾਡੇ ਨੇ ਰਹਿਣ ਕੀਤੀ ਹੈ ਪਤਾ ਨਹੀਂ ਲਿਆ ਤੇਰੇ ਕੋਲ ਨਹੀਂ ਕਿਹਾ ਪਰ ਚਲੋ ਤੈਨੂੰ ਇਹਨੇ ਰਹਿਣ ਤਾਂ ਕੀਤੀ ਹੈ ਨਾ ਅਤੇ ਉਹ ਕਾਗਜ਼ਾਂ ਨੇ ਤੇਰੇ ਨਾਂ ਚੱਲਦੀ ਰਹਿਣੀ ਜਿੰਨੇ ਦਿਨ ਅਸੀਂ ਤੈਨੂੰ ਫੱਕ ਨਹੀਂ ਕਰਾਉਂਦੇ ਉਹ ਫਿਰ ਉੱਥੋਂ ਬਦਲ ਕੇ ਲਿਆ ਕੇ ਉਹਨੂੰ ਉਹ ਅਤੇ ਉਹ ਜਿਹੜੇ ਸੀ ਅਮੀਰਪੁਰ ਵੇ ਇਹ ਉੱਥੋਂ UP ਚਲੇ ਗਏ ਕੁਝ ਇੱਥੋਂ ਘਰ ਉੱਠੇ ਅਤੇ ਉਹ ਚਲੇ ਗਏ ਕੰਡਿਆਲ ਕੰਡਿਆਲ ਦਾ ਮਤਲਬ ਉਠੀਆਂ ਤੋਂ ਨਾਲ ਅਗਲੇ ਬਣੇ ਪੈਂਦੇ ਆ ਅਜੇ ਨਾਲੇ ਉਹਦੇ ਸੜਕ ਜਿਹੜੀ ਆਉਂਦੀ ਆ ਨਾ ਮਾਨਾ ਵਾਲਿਆਂ ਨੂੰ ਆਰਾਮ ਤੀਰਥ ਨੂੰ ਅਤੇ ਸਾਡੇ ਪਿੰਡ ਉੱਥੇ ਕੋਲੋਂ ਜਿਹੜੀ ਸੜਕ ਜਾਂਦੀ ਹੈ ਸਿੱਧੀ ਭਿੰਡੀਆਂ ਨੂੰ ਇਹ ਕੰਡਿਆਲ ਆ ਉੱਥੇ ਉਠੀਆਂ ਤੋਂ ਅਗਲੇ ਬਣੇ ਹਾਂਜੀ ਮੈਂ ਸਾਡੇ ਗਿਆ 2 ਵਾਰੀ ਉਹਨਾਂ ਕੋਲ ਮਿਲਣ ਗਿਆ ਨਾ ਛੋਟਾ ਹੁੰਦਾ ਜਦੋਂ ਜਾਂਦਾ ਰਿਹਾ ਸਾਡੇ ਇੱਥੇ ਜੀ ਇਹ ਸਾਰੇ ਬਜਵੇ ਨੇ ਜਿੰਨੇ ਘਰ ਵੀ ਨੇ ਸਿਆਲਕੋਟ ਤੋਂ ਆਏ ਨਾਰੋਵਾਲ ਤੋਂ ਇਹ ਉਹਦੇ ਨਾਲ ਆਏ ਨਾਰੋਵਾਲ ਸਿਆਲਕੋਟ ਹੀ ਨੇ ਪਤਾ ਨਹੀਂ ਸਾਰਿਆਂ ਦੇ ਇੱਕ ਘਰ ਜਿਹੜਾ ਉਹ ਬਾਹਰ ਬੈਠੇ ਨੇ ਡੇਰੇ 'ਤੇ ਅਤੇ ਆਹ ਸ਼ਹਿਰ 'ਚ ਇੱਥੇ ਇੱਕ ਘਰ ਇੱਥੇ ਦੋਵੇਂ ਲੜਕਾ ਵੱਡਾ ਅਤੇ ਨਿੱਕਾ ਅਤੇ ਵੱਡੀ ਉੱਥੇ ਸੀ ਉਹ ਪੂਰੇ ਹੋ ਗਏ ਨੇ ਉਹ ਜਿਹੜੇ ਬਾਹਰ 2 ਕੋਠੀਆਂ ਬਣਾ ਕੇ ਇਹ ਇਹਨਾਂ ਪਿੱਛਾ ਬਾਹਮਣੀ ਵਾਲਾ ਅੰਮ੍ਰਿਤਸਰ ਆਏ ਬਾਹਰ 'ਚੋਂ ਨੇ ਇਹਨਾਂ ਨੂੰ ਇੱਥੇ ਇਹ ਢਿੱਲੋਂ ਨੇ ਇਹ ਇੱਕ ਘਰ ਢਿੱਲਵਾਉਂਦਾ ਇੱਥੇ ਬਾਕੀ ਇਹ ਸਾਰੇ ਬਾਜਵੇ ਨੇ ਜਿਹੜੇ ਨਾਮਧਾਰੀ ਸਾਰੇ ਹੁਣ ਕਦੇ ਨਾਮਧਾਰੀ ਮੁੰਡਿਆਂ ਨੇ ਸਿਰ ਸਿਰ ਮਨਾਏ ਨੇ ਸਭ ਕੁਝ ਬਦਲ ਗਿਆ ਸਾਡੇ ਪਿੰਡੋਂ ਵੀ ਆਏ ਸਨ ਪਿੰਡ ਦੇ ਸਾਡੇ ਜਿਹਨਾਂ ਕੋਲ ਸਾਡੇ ਪਿੰਡ ਦਾ ਗੁਰਦੁਆਰਾ ਸੀ ਪਾਕਿਸਤਾਨ ਮਹੰਤ ਦਿਦਾਰ ਸਿੰਘ ਉਹਨਾਂ ਬਾਰੇ ਦੱਸੋ ਮਹੰਤ ਦਿਦਾਰ ਸਿੰਘ ਜੀ ਇੱਥੇ ਰਹੇ ਨੇ ਕਾਫੀ ਚਿਰ ਪਜਾਮੇ ਹੀ ਪਾਉਂਦੇ ਸਨ ਉਹ ਚੂੜੀ ਵਾਲਾ ਹਾਂਜੀ ਹਾਂਜੀ ਸਿੱਧੀ ਪੱਗ ਬੰਨਦੇ ਸਨ ਕਮੀਜ਼ ਬੰਨਦੇ ਸਨ ਬਹੁਤ ਚੰਗੇ ਬੰਦੇ ਸਨ ਉਹ ਜਿੰਨਾ ਚਿਰ ਰਹੇ ਨਾ ਜਿੰਨਾ ਚਿਰ ਲੜਕਾ ਤਾਂ ਘਰ ਦੀ ਰਹੀ ਹੈ ਬਹੁਤ ਮਿਲਣਸਾਰ ਸਨ ਕੋਸ਼ਿਸ਼ ਕਰਦੇ ਹਾਂ ਲੱਗਦੇ ਚਾਰੇ ਕਿ ਘਰ ਦੇ ਕਿਸੇ ਦੀ ਜੇ ਮਦਦ ਹੋ ਸਕੇ ਤਾਂ ਕਰ ਲਿਓ ਹੈ ਜੀ ਅੱਛਾ ਜੀ ਹੈ ਜੀ ਮਤਲਬ ਐਡਾ ਇਹੋ ਜਿਹਾ ਬੜਾ ਦਿਆਲੂ ਬੰਦਾ ਸੀ ਉਹ ਸਾਡੇ ਇਹ ਜਿਹੜੇ ਨੇ ਜੀ ਨਾਮਧਾਰੀਆਂ ਵੱਡੇ ਨੇ ਇਹਨਾਂ ਦਾ ਜਿਹੜਾ ਨਾਸ ਕਰੀਂਦਾ ਹੈ ਉਹਨੂੰ ਅਸੀਂ ਵਹਿਣ ਗਏ ਡੇਰੇ ਵਿਚੋਲੇ ਉਹ ਸਨ ਉਹਨੂੰ ਹਾਲਤ ਕੋਈ ਐਡੀ ਦਰਮੇ ਨਹੀਂ ਸੀ ਮਾੜੀ ਜਿਹੀ ਇਹਨਾਂ ਨੇ ਕਹਿੰਦੇ ਵੀ ਬੰਦੇ ਥੋੜ੍ਹੇ ਰਾਤ ਨੂੰ ਮੇਰੇ ਕੋਲ ਆਇਆ ਮੈਂ ਪਾ ਮੈਂ ਨਹੀਂ ਜਾਣਾ ਤੁਸੀਂ ਆਪਣੇ ਬੰਦੇ ਲੈ ਜਾਓ 28-27 ਜਾਣੇ ਬੰਦੇ ਖੜਨੇ ਨੇ ਅਤੇ ਰਾਤ ਨੂੰ ਇਹਦੇ ਉੱਚੀ ਜਿਹੜੇ ਬਰਾਦਰੀ ਸੀ ਇਹਨਾਂ ਦੀ ਉਹ ਬੁੱਧੋਪੁਰ ਤੋਂ ਆਈ ਨਾ ਅਤੇ ਇਹ ਰਾਤ ਇੱਥੇ ਵੱਡਾ ਭਾ ਆ ਗਿਆ ਬੂਹਾ ਖੜਕਾਇਆ ਉਹਨੂੰ ਆ ਵੇਲ ਇੱਕੋ ਹੁੰਦਾ ਸੀ ਉੱਥੇ ਬੂਹਾ ਹੁੰਦਾ ਸੀ ਪੁਰਾਣੇ ਘਰ ਸਾਲ ਬਾਅਦ ਜਿਹੜਾ ਮੇਨਟੇਨ ਹੋਰ ਤਰ੍ਹਾਂ ਕੀਤੀ ਆ ਨਾ ਆ ਇੱਕੋ ਵੇਲੀ ਸੀ ਇੱਥੇ ਟਾਹਲੀ ਸੀ ਬੜੇ ਬੜੇ ਦਰਖਤ ਸਨ 2-3 ਬੂਹਾ ਖੜਕਾਇਆ 2:30 ਦਾ ਟਾਈਮ ਹੋਣਾ ਹੈ ਮੈਂ ਉੱਠ ਕੇ ਗਿਆ ਮੈਂ ਕੀ ਗੱਲ ਕੌਣ ਆ ਕਹਿੰਦਾ ਮੈਂ ਆ ਬਜਮ ਸਿੰਘ ਭਾ ਵੱਡਾ ਆਉਂਦਾ ਅਮਰ ਸਿੰਘ ਉਹ ਮੈਂ ਕੀ ਗੱਲ ਆ ਕਹਿੰਦਾ ਤਿਆਰ ਹੋ ਬਰਾਤੇ ਨਹੀਂ ਜਾਣਾ ਮੈਂ ਤਾਂ ਪਾ ਰਹਾ ਤੂੰ ਜਵਾਬ ਦੇ ਦਿੱਤਾ ਸੀ ਮੈਨੂੰ ਉਹ ਕਹਿੰਦਾ ਉਹਨੇ 28-27 ਬੰਦੇ ਮੰਗੇ ਨੇ ਅਤੇ ਉਹ ਬੁੱਧੋਪੁਰ ਤੋਲੇ ਦੇ ਆਏ ਨਹੀਂ ਗੇ ਉੱਥੇ ਹੁਣ ਕੀ 20 ਬੰਦੇ ਲੈ ਜਾਈਏ ਆਖਣਗੇ ਇਹਨਾਂ ਕੋਲ ਬੰਦੇ ਵੀ ਹੈ ਨਹੀਂ 28-27 ਜਿਹੜੀ ਪਹਾੜਾਂ 'ਚ ਹੁਣ ਤਾਂ ਚੱਲਦੀਆਂ ਨਾ ਆਪਣੀਆਂ ਮਿੰਨੀ ਬੱਸਾਂ ਉਹ ਪਹਾੜਾਂ 'ਚ ਉਹਦੀ ਨਿੱਕੀ ਬੱਸ ਹੁੰਦੀ ਸੀ ਉਹ ਇਹਨਾਂ ਨੇ ਕੀਤੀ ਸੀ ਚਲੋ ਜੀ ਮੈਂ ਵੀ ਚਲੇ ਗਿਆ ਇੱਕ ਦੋ ਘਰ ਹੋਰ ਨਾ ਕੀਤੀ ਸੀ ਬੰਦਿਆਂ ਨੂੰ ਉਹਨੇ ਬਿਠਾਇਆ ਉਹ ਵੀ ਗਏ ਅਤੇ ਬਾਰੇ ਬਹਿ ਗਏ ਜਿਸ ਵੇਲੇ ਉਹ ਫੌਜੀਆਂ ਨੂੰ ਰਾਤ ਰਾਤ ਤੁਰੇ ਉਦੋਂ ਆਉਣਾ ਸੀ ਪਠਾਨਕੋਟ ਸਾਣੀ ਆ ਪੁਲ ਪਲ ਹੈ ਨਹੀਂ ਸੀ ਜਿਸ ਵੇਲੇ ਅਸੀਂ ਗੁਰਦਾਸਪੁਰੋਂ ਕਲਾਨੌਰ ਤੋਂ ਅੱਗੇ ਲੰਘੇ ਨਾ ਸੱਖੀ ਕੋਲ ਗਏ ਨਾ ਕਹਿੰਦੇ ਨੇ 28 ਮਗਰ ਦਾ ਵਿਆਹ ਭਾਰ ਸਿਆਲ ਧੁੰਦ ਪਈ ਸਮਝ ਲੱਗੇ ਨਾ ਕਹਿੰਦਾ ਵੀ ਡੇਰਾ ਹੁਣ ਆ ਚੱਲਿਆ ਇੱਥੇ ਨਾਲੇ ਪਾਣੀ ਹੈਗਾ ਟੱਟੀ ਪਿਛਾਬ ਕਰ ਲਓ ਜਾਣ ਕਰਨ ਜਿਹੜੇ ਉੱਥੇ ਗਏ ਅਤੇ ਸਾਨੂੰ ਇਹਨਾਂ ਨੇ ਜਾ ਕੇ ਉਰਲੇ ਬੰਨੇ ਉਹ ਗੁਰਦੁਆਰਾ ਜਿਹੜਾ ਬਾਬਾ ਚੋਲਾ ਸਾਹਿਬ ਆ ਨਾ ਉੱਥੇ ਹੀ ਉਤਰੇ ਘਰਦਿਆਂ ਨੂੰ ਕਿਸੇ ਜਾ ਕੇ ਠਾਇਆ ਲਿਆ ਉਹਨਾਂ ਅਸੀਂ ਉੱਥੇ ਖਲੋ ਗਏ ਮੰਤਣਾ ਦਾ ਉਹਨਾਂ ਨਾਲ ਵਾਸਤਾ ਆਇਆ ਸੀ ਮੰਤਣੀਆਂ ਨੂੰ ਉਹਨੇ ਇੱਥੇ ਆ ਜਾਓ ਤੁਸੀਂ ਉੱਥੇ ਨਾਲ ਕਿਉਂ ਵਿਚੋਲਿਓ ਜਿਹਾ ਹੁਣ ਇਹ ਗਏ ਨਾਲ ਦੇ ਵੀ ਇੱਥੇ ਅੱਛਾ ਉਹਨਾਂ ਨੇ ਆਖਿਆ ਉਹਦੇ ਅੱਜ ਬੈਠੇ ਬੈਠੇ ਦਰੀ ਵਿਛਾਈ ਸੀ ਅੰਦਰ ਅਸੀਂ ਅੰਦਰ ਬਹਿ ਗਏ ਇਹਨਾਂ ਜਾ ਕੇ ਉਹਨਾਂ ਨੂੰ ਕਿਹਾ ਉਹ ਲੋਕ ਜਿਹੜੇ ਉੱਥੋਂ ਦੇ ਆਉਣ ਉਹ ਆਖਣ ਖਣੀ ਬਰਾਤ ਰਾਤ ਦੀ ਆਈ ਹੈ ਉਹ ਅਸੀਂ ਆਖਿਆ ਨਹੀਂ ਭਰਾਵਾ ਰਾਤ ਨਹੀਂ ਆਏ ਹੁਣੇ ਆਏ ਉਹ ਘਰ ਵਾਲਿਆਂ ਨੂੰ ਪਤਾ ਲੱਗਾ ਉਹ ਵਿਚਾਰੇ ਫਟਾਫਟ ਚਾਹ ਬਣਾ ਕੇ ਡੋਣਿਆਂ 'ਚ ਪਾ ਕੇ ਨਾਲ ਪਿੱਤਲ ਦੇ ਗਲਾਸ ਲੈ ਕੇ ਆ ਗਏ ਕਹਿੰਦੇ ਵੀ ਚਾਹ ਪੀਓ
निघे होवो तो बंदे घलिया हलवाई वालों लिया अग उग बाल के चाह बना फिर तुम उ सदा के मठियाई मठोई है तकड़े जुस्से वाले सन बड़ा जुस्सा उन्होंने जी बड़ा निगर जुस्सा से इतने साढ़ा ट्रैक्टर का सुहागा पे आता कि साढ़े बड़े बड़े मुंडे लकड़ा चुकते पत्थर चुकते हैं किसी का नहीं चुकया जाता वो चुक के खड़ा कर लेंगे एक बन बाहवा से बड़े निगर निगर सन बंदे वो बहुत निगर से बहुत नेक सी। मैं वो बेचारे फिर कुदरती है ना भी लड़का जीत ही पूरा हो गया खाने के घर जी पूरी होगी फिर उन्हें मजबूरी जाना पे रोटी राटी का रोटी देना वालों चलो कोई नहीं एडी गल पर फिर भी एक बंदा बहरों आता वेले एक वेले सौ फिर कला बंदा कला ही होंदा वो फिर दूसरा लड़का उन्होंने पता नहीं दिल्ली से वो को चले गए या लड़की को चले गए कि भनूजे को चले गए डा उस तो बाद नहीं सूँ पता है मैं गलत आखा इन्हें नाम तो नहीं ज़्यादा पता होएगा इन्होंने संबंध लिया नानके उ कितने सन उस पिंड के बंदे जो बापू की पैली सी बाप के फुफड़ की एक चार बीघे पैली उत्थे सी उस पिंड वाले अपने खूह का पानी पा के उस बिजड़ बीज दे रहे नहीं सोई ने सोइया सोई ने नहीं संधु सोई ने संपूर्ण सिंह से खरी ना कोई थोड़ा जा पहुँचाई बाप सा भी योजा ही कोई बिगाड़ पै गया मुड़ के मिले ही नहीं हूँ कि मालवे वालों से कि बैठे ने पता नहीं कितने बैठे ने उत्थे मेला जो लगता है संघ का इतों तुरदा धामिया तो पहलों जब धामिया वेखो मकेरिया लागे इतों मेला तुरदा ही नगाए वे पीर लाए के बाबे का नगाए अच्छा जी यहाँ जाता जंगदा जाता जाता हूँ भी छिंज करवाते छिंज वाले दिन तुरते सन ये साढ़े राजा ताल पहुँचता ही राजा ताल तो अगर नरवड़ पहुँचता सी नरवड़ तो साढ़े पिंड खनी चौबी के पंजी फगन में जाता सी मेला तीन दिन मेला रहा बड़ा मेला भरता है संगदा जी घर रिश्तेदार आए होने दूरों दूरों सारे जलेबियाँ कड्ढो वो करो रोटी पानी चंगा बनाना फिर रिश्तेदार यार संघ का मेला उत्थे संघ का मेला है हाँ जी कितनी दूर से नहीं साढ़े जी बिजला बाजार से उत्थे लगता ही सड़क पर वो झंडे झुंडे गड के बह जाते हैं तोड़ी तो वो बस दुनिया जाना जिन्हें सुखना वाले ने बड़िया खूंडिया गिंद खिडो खूंडिया सेहरे कई कुछ लोगों चढ़ाए सन जो सुखना वाले सन संघ का मेला लगता जी बड़ी दूर तक झंडे वो फिर पीर नगाए के जाके मुड़ते सन मत झंडा टौंकल नगाया जिन्होंने टौंकल नगाया ये पीर नगाया इधर रह गया ना टौंकल नगाया असली जगह बाबे की नगाए वाले टौंकल नगाए है ना उतों में जाके वो मत्था टेक के फिर वह पछा मुड़ते हैं चंगा ही उदों कोई एडी बो मिजाज नहीं सी लोग भाईचारा बड़ा सी भड़प्पण बड़ी सी लोग गरीब सन लेकिन है दिलों मीर सन मीर सन क्योंकि साढ़े हम खूह ते एक बंदे ने रात नूं आना है जिन्हें जनानियां जाना रोटी दे आनी उत्थे रात नूं एक बंदे आना जिन्हें बंदे खूह ते ने सारियां दी रोटियां ने बन के लै जानियां घरां दा आ लो फिर आपां पणियां पी लो खाओ सारे नहीं आना भी सारे ने दो रुपये रोटी में लाया वा नहीं एक बंद ने आना खूह तो उन्हें लुडर तुर पा रात में रोटियां सारे लै जाने जाओ भाई सवेरे जनानियां ने आप दे के आनिया ने इस करके उस लोगों चलो भावें कुछ भी सी फिर भी वो लोग किसी का बुरा नहीं एडा तकते भावें ईरखा भी हो एडा नुकसान करके नहीं खुश हूँ कुछ होर तरह की हूँ तो बच्चे जड़े ने कन्ना जो ला लेंगे ने मोबाइल जो इन्हों कोई नहीं सानू अ बाप न अपना जोड़ा सी बाकी सारे जी बड़ी इस तरह रही सी सारी डरी भी सी घूरते हैं हफ्ते है जे कि कम करते हैं माड़ा जहा खड़ा लक दुख लग पा मैं जावे तेन लक तेरे कारण दुख लग पाया है जी। अच्छा तुम 80 साल तो उत्ते उम्र हटा ली है तो पिंड अजय चेते आता पुराना हाँ मैं हाले भी कई बार वो नक्शा मेरे अखा गया आ जाता है सुपना आ कई बार जो कि दिमाग आता भी मैं हूँ भी जाव कि पासपोर्ट बना के तो मैं अपने घर जा सकना है गली अपनी गलियां पछाण लैनिया घर पछाण लैना इतने घर से
क्यों साढ़े खूह तो आदि राज मड़िया सन पहला राइया वाला खूह एक आता से इधर मनीख वाला आता से एक घमेरे बैठे ने मनीख वाली जी वो साढ़े बाप का भरा बनिया सुम सिंह से नाँ तो उस अगर मड़िया आ जाए सन इधर साढ़िया मड़िया सन इधर कबर सन मुजबे मुजबिया दिया मुसलमाना दिया उतों आना इधर लगने बड़ी बड़ी ढाब से जो जिन्हें 12 महीने पानी में सुके छपड़ा नूं ढाब कहिंदे सन उहदे नाल ईदगाह सी बड़ी बड़ी किले डूढ़ किले च मुसलमानों ने थड़ा जिहा बनाया ईदगाह नमाज पढ़ने वास्ते ईद दे दिनां जी इधर भी तखिया से उन्होंने बाली जी का तखिया होंदे सी उस तों अगे जिहड़े थोड़ा जिहा आ जाओ तो साढ़े वो घर सन हुण तो उत्थे बैठे खनी अपने कंडियाल ही बैठे ने ताया मूला सोनी उन्हें बेलियां सन बाहर जी उन्होंने कोल दी लंघ जाओ उत्थे खूह ही नाल ही जी जो ईद होंदी सी तो सीवियां बनाउंदे ने बकरीद सी अज सवेरे आउंदे मैं तो सवेरे सिर नमाज पढ़ाया ओए कहिंदा मैं की बनाया खाना दे बनाया सब कुछ आ जा अंकल जी आयो मैं नहीं खा तुसें इत्थे दो तीन घर ही ले मुसलमान तो इस करके उस सब कुछ आया भी इस तरह इधर घर शुरू हो जाता इधर ही बहर साढ़े घर नाल ही फिर साढ़े भी तखिया से उत्थे तखी के नाल ही एक बने तखिया एक बने साडा बाड़ा बाड़ा से उसके बने थोड़ी जगह खुली पई से इधर साढ़े ताजा नंबरदार का घर से उस तो अगर दूसरे का घर इधर पै के फिर नसा ना कि वो गली सीधी निकल जाती है कि भवानी शाह की हट्टी से ऐन मुड़ जाना खुला थान से वो साढ़े ताए जोड़े हूँ इतने भी आए दसू वो भी वो दूसरा भी जो मुड़ यूपी चले गए हैं इन्हें घर शुरू हो जाते हैं अगे वो राधु सिंह का मैरिया का घर शुरू हो जाता है इधर वो हरी राम की हट्टी से वह घर से तो साढ़े घर शुरू हो जाते हैं अगे जाके थोड़ा थान खुला जाता टैट जहा वो साढ़े ताया बाप साढ़े पीढ़ियों व्डे सन है साढ़े बाप ने छोटे सन पर फुफड़ियाँ लियादे सन वो पीढ़ियों व्डे सन साढ़े बाप के फुफड़ का भरा ही लगता से उन्होंने चुबारा से जी वो इतने भी आए मुड़ के इतने आए सन बाद पता नहीं कितने अलाटमेंट हुई है फतेहगढ़ सुकर चक्रियाँ का अमृतसर टोरा पठानकोटे लैन से आओ तो इतने वो सहरे सन पहले शुरू शुरू तो इतने आ गए पता नहीं भी उठे भी रह गए कि होर चले गए तालमेल नहीं होया हूँ साड़ी रिश्तेदारी जी है मैं उस वे तो जी बहुत थाई छोटे जल्द मेरे अं आए हैं डंगर चार दे मेरे को दातरी सी वो डंगर पजा के नाल बंद चढ़ जाते हैं डंगर में आखिर बह जाना भज गया भज के मैं डंगर पिछों लाता जो पुता नाल ने आखना जो व्डे सन तो मेरे को दातरी ही मैं दातरी आया घुमा दिया दातरी छुट गए पिछों निकल गए तो बोझदे बोझद अख च लग गई अच्छा जी अख च लग गई तो फिर हाँ जी इस व्डे अस्पताल गए इतने सरदार से डॉक्टर उदा लौरिया ही वो दो तीन दिन तो घर ही टको टकार करते चुभ गई है चुभ गई है वो फिर तो गए तो आते भी मां मरी आते भी बीबी इन दाखिल करा दौ ये ऑपरेशन करना पैना वो कहें भी डॉक्टर साहब इन्होंने दाखिल नहीं मैं करा सकती असूजा तो दिन सन तो मैं अभी बहर मकइया व्ढ़िया ने मुहारा लग्या मां पुटन वाल ने जमींदार मैं दाखिल कराव तो मैं मैं ये को रहना पैना बच्चा ले कहते फिर अस दाखिल नहीं फिर इतने डॉक्टर घनीश्याम हों दसूए वो कंपाउंडर रिटायर होया डॉक्टर चंगा सियाना से वो को दस वो को चले जाए वो गए वह कहता बीबी अख बेच जख्म जख्म तो ठीक कर देंगा मैं पर चिट्टा नहीं मैं ला सकता चिट्टे का समान नहीं मेरे को है वो लेंदा सी जी चार आने सवेरे तो चार आने शाम को पट्टी दे दो पट्टियां करता है फिर उस जे एक पट्टी कर लग पाया फिर जिते हूँ विजय कलोनी बनी है विजय मार्केट है जिन्होंने जानते हो विजय मार्केट में इतने वो गुठ से होंदा सी होंदी सी इमली उत्थे होंदी थले खूही जी इमली चौक हाँ उत्थे इमली होंदी सी गुठ से बड़ी 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 वड्डी तां ही उन्हें इमली चौक आंदे ने उहदे थले ते सारी पैली पई होंदी उहदे थले होंदी सी हल्टी वो मुड़ के टांडे च खूह होंदा सी हल्टी उहनूं कहिंदे जिहड़ा एक डंगर नाल छोटी वो सी मणि सिंह उहदे कोल सी उत्थे उहने लई सी उहने लिया सी बरसीन गां रखी सी उहने डाक्टर ने
ਕਹਿੰਦਾ ਬੀਬੀ ਇਹ ਥੋੜ੍ਹੇ ਜਿਹੇ ਪੁੱਠੇ ਵੱਢ ਕੇ ਘਰ ਸੁੱਟ ਜਾ ਕਰੇ ਅਤੇ ਪੱਟੀ ਬਣਾ ਲਵਾ ਲੈ ਜਾ ਕਰੇ, ਪੈਸੇ ਪੂਸੇ ਨਹੀਂ ਮਿਲ ਲੈਂਦਾ। ਉਹ ਕਹਿੰਦੀ ਹੈ ਵੀ ਡਾਕਟਰ ਸਾਹਿਬ ਇੱਕ ਬਣੇ ਤੁਸੀਂ ਆਉਂਦੇ ਜੀ ਵੀ ਸਿਰ 'ਤੇ ਭਾਰ ਨਾ ਚੁੱਕੇ। ਚਲੋ ਕੋਈ ਨਹੀਂ, ਇਹ ਵੱਢਦਾ ਚਲੇਗਾ ਅਤੇ ਮੈਂ ਲੈ ਸੁੱਟ ਜਾ ਕਰਾਂਗੇ, ਅਸੀਂ ਦੋਵੇਂ ਆ ਜਾ ਕਰਾਂਗੇ। ਉਹ ਨਾ ਉਹਦੇ ਘਰੋਂ ਵੀ ਬਹੁਤ ਚੰਗੀ ਸੀ, ਉਹ ਜਿੱਥੇ ਕਹਿੰਦੇ ਵਿੱਚ ਵੜੀ ਗਏ ਨਾ, ਜਿੱਥੇ ਉਹਨਾਂ ਦੀ ਆਇਆਂ ਨੂੰ ਕਰਕੇ ਵਿੱਚ, ਉਹ ਜਿਹੜੇ ਅਸੀਂ ਜਾਣਾ ਅਤੇ ਉਹਨਾਂ ਨੇ ਜੀ ਉਸ ਵੇਲੇ ਕੋਠਿਆਂ ਉੱਤੇ ਨਾ ਪੌੜੀਆਂ ਰੱਖਦੇ ਅਤੇ ਤਖਤੇ ਰੱਖੇ ਹੋਏ ਗਲੀਆਂ ਉੱਤੋਂ ਜੀ। ਇੱਕ ਦਿਨ ਮਾਂ ਸਾਡੀ ਪੁੱਛਦੀ ਹੈ ਭੈਣ ਜੀ, ਉਹਨੇ ਬੜੀ ਸੇਵਾ ਸੁਵਾ ਕਰਨੀ ਵਿਚਾਰੀ, ਆ ਜਾਓ ਭੈਣ ਜੀ ਪਾਣੀ ਪੂਣੀ ਪੀ ਲਓ, ਚਾਹ ਪੀ ਲਓ। ਉਹ ਆਉਂਦੇ ਕਹਿੰਦੀ ਵੀ ਨਹੀਂ, ਆਹ ਭੈਣ ਜੀ ਤੁਸੀਂ ਗਲੀਆਂ ਉੱਤੇ ਕੀ ਰੱਖਿਆ ਹੈ? ਕਹਿੰਦੀ ਭੈਣ ਜੀ ਪੁੱਛੋ ਕੁਝ ਨਾ। ਕਹਿੰਦੀ ਕਿਉਂ? ਕਹਿੰਦੀ ਜਿਹੜੇ 8 ਦਿਨ ਹਾਂ ਕੱਢਿਆ ਨੇ ਨਾ, ਇਹ ਸਾਨੂੰ ਪਤਾ ਅਸੀਂ ਮੌਤ ਨਾਲ ਲੜਦਿਆਂ ਕੱਢੇ ਨੇ, ਮੌਤ ਨਾਲ ਪਾਕਿਸਤਾਨ ਅਜੇ ਬਣਿਆ, ਅਜੇ ਆਵਾਜ਼ ਨਹੀਂ ਨਿਕਲੀ ਵੀ ਆਹ ਬਾਰਡਰ ਬਣ ਗਿਆ। ਅਤੇ ਕਹਿੰਦੀ ਆ ਵੀ ਅਸੀਂ ਅੰਦਰੋਂ ਜੰਦਰੇ ਮਾਰ ਛੱਡੇ ਸੀ, ਟੱਟੀ ਪਿਸ਼ਾਬ ਅੰਦਰ ਹੀ ਕਰੀਦੇ ਸੀ, ਜੇ ਕਿਸੇ ਦੇ ਘਰ ਜਾਣਾ ਤਾਂ ਕੋਠੇ ਚੜ੍ਹ ਕੇ ਅਤੇ ਫੱਟੀਆਂ ਉਤੋਂ ਦੀ ਹੋ ਕੇ ਦੂਸਰੇ ਦੇ ਘਰ ਜਾਈਦਾ ਸੀ। ਅੱਛਾ, ਬੂਹੇ ਨਹੀਂ ਸੀ ਅਸੀਂ ਖੋਲੀਦੇ। ਜਿਹੜੇ ਕੈਂਥਾਂ ਵਾਲੇ ਮੈਂ ਬੁੱਚੜ ਸਨ ਨਾ, ਮਤਲਬ ਥਾਂ ਪਠਾਨ ਸਨ, ਇਹ ਕਹਿੰਦੇ ਸੀ ਵੀ ਇੱਕ ਆਵਾਜ਼ ਆ ਜਾ ਸੀ ਵੀ ਦਸੂਆ ਪਾਕਿਸਤਾਨ ਵਿੱਚ ਬਣ ਗਿਆ, ਜਿਹੜੇ ਸ਼ਹਿਰ ਵਿੱਚ ਖਤਰੇ ਨੇ ਉਹਨਾਂ ਲੂਣ ਲਾਉਣ ਦੀ ਲੋੜ ਵੀ ਨਹੀਂ, ਕੱਚੇ ਖਾ ਛੱਡਣੇ ਨੇ। ਅੱਛਾ, ਹਾਂ, ਇਹਨਾਂ ਲੂਣ ਲਾਉਣ ਦੀ ਲੋੜ ਨਹੀਂ, ਅਸੀਂ ਕੱਚੇ ਖਾ ਛੱਡਣੇ ਨੇ। ਅਤੇ ਅਸੀਂ ਭੈਣ ਜੀ ਬੜੀ ਮੁਸ਼ਕਲ ਨਾਲ 8-10 ਦਿਨ ਕੱਢੇ ਨੇ, ਵੀ ਉਹ ਕੋਠਿਓ ਕੋਠੀ ਇੱਕ ਦੂਰੇ ਘਰ ਸਾਰੀਆਂ ਕੈਠਾਂ 'ਚ ਵਿੱਚ ਪਠਾਨ ਹੀ ਸਨ ਨਾ, ਪੈਲੀ ਵੀ ਬੜੀ ਪਠਾਨ, ਸੂਹਾਂ ਦੀ ਪੈਲੀ ਥੋੜ੍ਹੀ ਜਿਹੀ ਪਠਾਨ ਨੇ ਇਹਨਾਂ ਦੀ, ਭੈਣ ਦੁੱਗਰੀ ਨੂੰ ਮਕੇ ਉੱਚੀ ਬੱਚੇ ਪੰਡੋਰੀ ਨੂੰ ਜਾ ਲੱਗਦੇ ਨੇ, ਇੱਧਰ ਲੱਗੜਾਂ ਨੂੰ ਪਰਾਂ ਕਿੱਥੋਂ ਤੱਕ ਜਾ ਲੱਗਦੇ ਨੇ, ਕੈਸਾਂ ਦੀ ਬੜੀ ਪੈਲੀ ਸੀ ਰਕਬਾ ਸੀ। ਅੱਛਾ, ਦੱਸਦੇ ਨੇ ਕੋਈ ਵਰਤੋਂ ਪਹਿਲਾਂ ਇਹਨਾਂ ਨੇ ਕੋਈ ਗਾਂ ਵੀ ਵੱਢੀ ਸੀ ਘੁਮਾ ਕੇ ਸ਼ਹਿਰ 'ਚ? ਉਹ ਕਹਿੰਦੇ ਨਹੀਂ ਜੀ, ਉਹ ਕਹਿੰਦੇ ਨਹੀਂ, ਜਦੋਂ ਲਿਆਉਂਦੇ ਹੁੰਦੇ ਸਨ ਸ਼ਹਿਰ ਵੇਲੇ ਵਹਿਣ ਨੂੰ ਸ਼ਿੰਗਾਰ ਕੇ ਅਤੇ ਸ਼ਹਿਰ ਦੇ ਬੀਜੀ ਖੜਦੇ ਹੁੰਦੇ ਸਨ। ਅੱਛਾ ਜੀ, ਬੁੱਚੜਖਾਨਾ ਇੱਥੇ ਲਿਆਉਣੀ, ਫਿਰ ਆਹ ਇਲਾਕਾ ਸਵਾ ਜਿਹੜਾ ਜਿੱਥੇ ਹੁਣ ਬਣ ਗਿਆ ਨਾ ਸਾਡਾ, ਆਹ ਕਲੋਨੀ ਜੀ ਬਣ ਗਈ, ਇੱਥੇ ਬੁੱਚੜਖਾਨਾ ਸੀ। ਅੱਛਾ ਜੀ, ਉੱਧਰੋਂ ਉਹ ਉੱਥੋਂ ਹਸਪਤਾਲ ਵੱਲੋਂ ਤੁਰਨਾ ਪੁਰਾਣੇ ਸ਼ਹਿਰ ਵਿੱਚ, ਉਹਨੇ ਸਾਰੇ ਜਾਏ ਬੜੀ ਸ਼ਿੰਗਾਰ ਬਣਾ ਕੇ ਲਿਆਉਣੀ ਵੈੜ, ਅਤੇ ਫਿਰ ਇੱਥੇ ਆਣ ਕੇ ਕੱਢਣੀ ਵੱਢਣੀ। ਹਾਂਜੀ, ਖੇਤ ਦੀ ਜ਼ਰੂਰਤ ਨਹੀਂ, ਲੋਕ ਹੱਟੀਆਂ ਤੋਂ ਬੈਠੇ ਦੇਖ ਕਹਿੰਦੇ ਹਿੰਮਤ ਨਹੀਂ ਸੀ। ਕਿਸ ਤਰ੍ਹਾਂ ਦਾ ਹੁੰਦਾ ਸੀ ਸ਼ਹਿਰ ਜਦੋਂ ਤੁਸੀਂ ਆਏ? ਸ਼ਹਿਰ ਜਿੱਥੇ ਉਹ ਹੁਣ ਸਬਜ਼ੀ ਮੰਡੀ ਹੈ, ਉਹ ਬਾਜ਼ਾਰ ਜਿਹਾ ਬਣਿਆ ਨਾ, ਇਹਦੇ 'ਚ ਇੱਧਰ ਸ਼ਹਿਰ ਸ਼ਾਇਦ ਇੱਧਰ ਹੀ ਸੀ, ਇੱਧਰ ਸੀ, ਹਸਪਤਾਲ ਵੀ ਇੱਧਰ ਸੀ, ਘਾਹ ਮੰਡੀ ਵੀ, ਫੀਮ ਦਾ ਠੇਕਾ ਵੀ ਇੱਧਰ ਸੀ, ਸ਼ਰਾਬ ਦਾ ਠੇਕਾ ਵੀ ਇੱਧਰ ਹੀ ਸੀ, ਕਮੇਟੀ ਘਰ ਦੇ ਨਾਲ ਪਰਲੇ ਬਣੇ ਡਾਕਖਾਨਾ ਵੀ ਇੱਥੇ ਹੀ ਸੀ, ਕਮੇਟੀ ਘਰ ਇੱਧਰ ਸਾਹਮਣੇ ਡਾਕਖਾਨਾ ਸੀ, ਪੁਰਾਣਾ ਹਸਪਤਾਲ ਵੀ ਇੱਧਰ ਹੀ ਸੀ, ਅਤੇ ਸਾਰਾ ਤਕਰੀਬਨ ਉਹ ਬਹੁਤ ਹੀ ਆਬਾਦੀ ਹੈ ਹੀ ਇੱਧਰ ਸੀ, ਜਿੱਧਰ ਹੁਣ ਯਾਰਡ ਪਈ ਆ ਨਾ, ਸਾਰੀ ਵਾਦੀ ਇੱਧਰ ਸੀ, ਰਹਿਸ਼ ਹੀ ਇੱਧਰ ਸੀ, ਪਰਾਂ ਤਾਂ ਕੁਝ ਵੀ ਨਹੀਂ ਸੀ, ਔਰ ਸਾਰੀਆਂ ਪੈਲੀਆਂ ਪੂਲੀਆਂ ਖਾਲੀ ਪਈਆਂ। ਰੇਲਵੇ ਸਟੇਸ਼ਨ ਹਟਵਾਂ ਸੀ? ਹਾਂਜੀ, ਰੇਲਵੇ ਸਟੇਸ਼ਨ ਹਟਵਾਂ ਸੀ, ਉਹ ਹਟਵਾਂ ਸੀ, ਰੇਲਵੇ ਸਟੇਸ਼ਨ ਉਹ ਜਦੋਂ ਪੈਂਦੀ ਸੜਕ ਜਾਂਦੀ ਹੈ ਇੱਥੋਂ, ਪਰ ਉਹ ਸੜਕ ਜਾਂਦੀ ਪਹਿਲੀ ਪੁਰਾਣੀ ਆ, ਬਾਅਦ ਵਿੱਚ ਉਹਨਾਂ ਸਿੱਧੀ ਕੀਤੀ ਆ ਮੁੜ ਕੇ ਇਹਨਾਂ ਨੇ, ਹਾਂ ਪਹਿਲਾਂ ਪਰਲੀ ਜਾਂਦੀ ਘੁੰਮ ਕੇ ਜਿਹੜੀ ਕੈਸਾਂ ਦੇ ਵਿੱਚੋਂ ਦੀ ਹੋ ਗਿਆ ਨਾ, ਐਂ ਨੂੰ ਮੁੜ ਕੇ ਆਉਂਦੀ ਆ, ਅਤੇ ਪਰ ਰੇਲਵੇ ਸਟੇਸ਼ਨ ਤੋੜ ਜਾਂਦੀ ਉਹ ਸੀ ਸੜਕ, ਇਹ ਬਾਅਦ ਵਿੱਚ ਇਹਨਾਂ ਨੇ ਸਿੱਧੀ ਆਹ ਜਦੋਂ ਬਣਾਈ ਸੜਕ, ਫਿਰ ਇੱਥੋਂ ਦੀ ਸਿੱਧੀ ਕਰ, ਇੱਥੋਂ ਦੀ ਸਿੱਧੀ ਆ। ਤੁਸੀਂ ਪੈਂਥਾਂ 'ਚ ਦੇਖਿਆ ਕੋਈ ਜਿੱਥੇ ਉਹ ਰੇਲਵੇ ਤੋਂ ਯਾਤਰੀ ਉੱਤਰਦੇ ਸਨ, ਉਹਨਾਂ ਨੂੰ ਉੱਥੇ ਰੋਟੀ ਖਵਾਈ ਜਾਂਦੀ ਸੀ, ਕਿਸੇ ਦਾ ਹਾਤਾ ਬਣਿਆ ਸੀ, ਹਾਤਾ ਬਣਿਆ ਸੀ ਕਿਸੇ ਦਾ ਖੁੱਲ੍ਹਾ, ਅਤੇ ਚੌਧਰੀ ਜਿਹੜੇ ਮੁਸਲਮਾਨ ਸੀ ਪਠਾਨ ਪੈਂਥਾਂ ਦੇ, ਉਹ ਆਉਂਦੇ ਸੀ ਯਾਤਰੀਆਂ 'ਚ ਰੋਟੀ ਖਵਾਉਂਦੇ ਸਰ, ਜ਼ਮੀਨ ਸਾਡੀ 'ਚ ਬਣਿਆ ਸੀ। ਇਹਦੇ ਮਤਲਬ ਕਿ ਨਹੀਂ ਪਤਾ ਕਿ ਉੱਧਰ ਦੂਸਰੇ ਬੰਨੇ ਦਾ ਕਦੀ ਗਏ ਨਹੀਂ ਕੱਟਣੇ ਸਿਵਾ। ਚਲੋ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਇਸ ਕਰਕੇ ਜੀ ਅਸੀਂ ਤਾਂ ਇਸ ਕਰਕੇ ਰੋਂਦੇ ਇਹਨਾਂ ਲੋਕਾਂ ਨੇ, ਫਿਰ ਉਹ ਆਉਂਦੀ ਵੀ ਇੱਥੇ ਉਹ ਕੁਦਰਤੀ ਥਾਣੇਦਾਰ ਸਰਦਾਰ ਆ ਗਿਆ, ਉਹਨੇ ਜੋ ਮੁਸਲਮਾਨ ਸੀ ਡਾਂਗ ਫੇਰ ਕੇ ਅਤੇ ਸਾਰੇ ਕੈਂਪ 'ਚ ਘੱਲੇ। ਅੱਛਾ, ਥਾਣੇ ਦੇ ਸਾਹਮਣੇ ਕੈਂਪ ਲੱਗਾ ਸੀ ਉਹ ਗਰਨਾ ਸਾਹਿਬ ਤੱਕ, ਸਾਰੇ ਕੈਂਪ 'ਚ ਵਾੜੇ ਉਹਨੇ ਸਾਰੇ ਡਾਂਗ ਫੇਰ ਕੇ, ਜਿਹੜੇ ਸ਼ਹਿਰ ਖਾਲੀ ਉਹਨੇ ਕਰਾਇਆ ਹੈ, ਅਤੇ ਭੈਣਾਂ ਫੇਰ ਸਾਡੇ ਇਹ ਪੌੜੀਆਂ ਵਾਲੀ ਉਤਰਾਂ ਕੋਠੇ ਤੱਕ ਤਾਂ ਤੁਸੀਂ ਉਂਝ ਹੀ ਪਏ ਨੇ ਗਲੀਆਂ 'ਤੇ, ਫਿਰ ਅਸੀਂ ਬੂਹੇ ਖੋਲ੍ਹੇ ਨੇ ਅਤੇ ਇੱਕ ਦੂਸਰੇ 'ਤੇ ਜਾਣ ਲੱਗੀਆਂ, ਅਤੇ ਸਾਡਾ ਤਾਂ ਬਹੁਤ ਬੁਰਾ, 8 ਦਿਨ ਅਸੀਂ ਬੜੇ ਜ਼ਿੰਦਗੀ ਮੌਤ ਨਾਲ ਲੜ ਕੇ ਕੱਢੇ ਨੇ ਇਹ। ਹਾਂਜੀ, ਜਦੋਂ ਕੁਦਰਤੀ ਸਰਦਾਰ ਆ ਗਿਆ ਕੋਈ ਥਾਣੇਦਾਰ ਸੀ ਸਿੱਖ, ਉਹਨੇ ਸਭ ਥਾਂ ਜਿਹੜੇ ਪਤਾ ਲੱਗ ਗਿਆ ਵੀ ਬਾਰਡਰ ਪਾਕਿਸਤਾਨ ਉਹ ਬਾਰਡਰ ਪਰ ਆ, ਹੁਣ ਕੱਢੇ ਸਭ ਅਸਾਂ ਡਾਂਗ ਫੇਰ ਕੇ ਆਉਂਦੇ ਚਲੋ ਕੈਂਪ 'ਚ ਸਭ, ਅਤੇ ਫਿਰ ਸਾਡੀ ਇਹ ਭੈਣ ਜੀ ਇੱਥੇ ਵੀ ਕਾਫੀ ਕਤਲੋਗਾਰਦ ਹੋਈ ਹੈ? ਨਹੀਂ, ਇੱਥੇ ਕਤਲੋਗਾਰਦ ਨਹੀਂ ਇੱਥੇ ਕੋਈ ਵੀ ਹੋਈ, ਜਿਵੇਂ ਬੇਰਸ਼ਾ ਹੋਇਆ, ਖੁੱਡੇ ਹੋਇਆ, ਗੱਡੀ ਵੱਢੀ ਗਈ, ਹਾਂਜੀ ਖੁੱਡਾ ਕਰਾਲੇ ਵੀ ਗੱਡੀ ਵੱਢੀ ਗਈ, ਬੇਰਸ਼ੇ ਮਾਰੇ ਗਏ,
खुडे कराले का पता नहीं जी, उत्थे लोग ठीक है मरे ने नहीं, ये जिथे जो इन्होंने हूँ गुरद्वारा बनाया है जी, है मूणका भी जो जिथे परे गुरद्वारा ने बनाया ना पुल पुख्ता रड़ा साहब, वो उत्थे लोग गए सन पिंडा दे लोग जथा इकट्ठा होके गया से भी म्याणी नू पैना है, म्याणी नू पैना है। तो ये वो जिहड़े म्याणी वाले सन वो भी सारे पठान सन, तगड़े सन, हथियार तो अलावा नहीं, वो जो उन्होंने पानी कुदरती दरिया च हड़ आया से, अच्छा जी, उन्हें दो तीन बंदे बुद्धो बुद्ध डैम ते घल दिते चार पाँच दस, जिसले वह बंद सारा जत्था गांह लंघ गया ने म्याणी लुट्टन वास्ते भी म्याणी पैन वास्ते, अगों वह पै गए तो पिछले उन्होंने बंद ने आखो तुम उन्होंने फटे चुक दते मगरों नहर उछल गई, अच्छा बुद्धो बुद्ध लगा सी फट, अच्छा लगा हले भी फटे लगे ने, अच्छा जी हाँ, तुम दिल करे तो पानी पा सारा डक लो, दिल करो अगो नहीं तो जिन्ना पानी कि हड़ आता उछलता दरिया बहार, पानी डकिया पानी पिछले हड़ आया से डकिया से, उन्होंने बंद ने पिछों फटे चुक दते सारी नहर उछल के बाहर निकल गई, जोड़े पार लंघे फिर जल अगों भी पे बंदे आमो सामने लगिया वजन, फिर तो जो पछाण भजे कोई रुड़े कोई मरे कुछ इस तरह कुछ बच भी गए, उदों का उत्थे उन्होंने बाबिया ने बनाता जी इतने शहीद गंज आ जी इतने सिंह लड़ते मरे ने ये होया वो होया असलीयत वो आया। चलो ठीक है, अपनी यादा सानिया इत गरना साहब अं जाते एक जनानी सी कहती है असं सवेरे आ जाइएगा सी गरना साहब गुरद्वारे बुदलों वाली क्यों पर छौनी बीर शहर सारे मुसलमान सन, थोड़े जे घर उ बुदलों वाले जोड़े वो जटा के घर सन, कहते अं सवेरे आ जाइए अं गरना साहब गुरद्वारे सानू जनानिया ने मुसलमानिया ने पूछना नहीं उत्थे की लैन जांदियां जे, असं आखना उत्थे जाइए ना उत्थे 500-700 सिखां दा जथा आण के बैठा रोटियां पकाउण जांदियां आ, उन्होंने लंगर नहीं छकाना जी, हाँ जी साहब, अच्छा जी जसा जुसा कोई नहीं सी मतलब, अच्छा उदा ही भी आहो उन्होंने लोगों इन्ना भय बनया भी जे कोई छेड़का नहीं की इतने बंदे आन के गुरद्वारे टिके ने वो पै जाएंगे, हाँ जी कहती साडा तो महाराज ने महाराज गुरु घर ने सानू तो बचाया है, अं सवेरे आ जाइएगा ही तो जाना दोपहर में जाना किसान तो उन्हें आखना नहीं की कर जाए जे अं आखना उसे सिंह का जथा आया उन्होंने रोटी पकाने जाई दी उन्हें लंगर चुकई लाए, हाँ जी चलो ठीक है, बहुत बहुत धन्यवाद, शुक्रिया।